इन्ने ज़्यादा एडवांस जिहड़े स्कैमर जिहड़े होंदे जा रहे आ ते फिर निशानियां की रहिंदियां। हुण ब्रोकर कहिंदा जिद्दां इन्हां ने कहा भी मैनूं हैक कर लिया, इहनूं भी हैक कर लिया, उन्हें किद्दां कीती, ਚੱਕ ਕੇ ਕਿਸੇ ਨੇ ਆਪਣਾ ਪਾਤਾ, ਵੱਧ ਪ੍ਰਾਈਸ ਲਾ ਕੇ ਜਿਹੜਾ ਉਹ ਕਰਤਾ। ਕਈ ਕੁਝ ਚੱਲ ਰਿਹਾ, ਕਿੱਦਾਂ ਬਚਣ ਭਾਈ? ਹੁਣ ਸਲਾਹ ਕੀ ਹੈ ਇੱਥੇ? ਜਿਹੜਾ ਮਾੜੀ ਜੀ ਉਹਨਾਂ ਦੀ ਗੱਲ ਮੈਂ ਸੁਣੀ ਆ, ਉਹਨਾਂ ਨੇ 3500 ਲੋਡ ਕੀਤਾ, 3400 ਪੇਗਾ ਨੂੰ ਰੈਡੀ ਆ। ਆਈ ਡੋਨਟ ਨੋ ਕੀ ਕਨਫਿਊਜ਼ਨ ਹੈ ਇਹਦੇ ਵਿੱਚ, ਹੈ ਨਾ। ਉਹ 5500 ਦਾ ਲਾਇਆ ਸੀ ਲੋਡ, ਉਹਨਾਂ ਨੇ ਦੱਸਿਆ ਬਾਅਦ ਚ। ਅੱਛਾ। ਸੋ ਦੇਖੋ ਜੀ, ਚਾਹੇ ਜੋ ਮਰਜ਼ੀ ਆ, ਠੀਕ ਹੈ ਨਾ, ਇਹ ਪ੍ਰੋਬਲਮਸ ਉਦੋਂ ਆਉਂਦੀਆਂ ਜਦੋਂ ਅਸੀਂ ਆਪਣਾ ਹੋਮਵਰਕ ਨਹੀਂ ਕਰਦੇ। ਜਦੋਂ ਅਸੀਂ ਇਨੀਸ਼ੀਅਲ ਲੋਡ ਲੈਂਦੇ ਹਾਂ ਉਦੋਂ ਅਸੀਂ ਢੰਗ ਨਾਲ ਉਹਨੂੰ ਇਨਵੈਸਟੀਗੇਟ ਨਹੀਂ ਕਰਦੇ, ਕਾਹਲੀ ਕਰ ਲੈਂਦੇ ਲੋਡ ਲੈਣ ਲੱਗੇ। ਕੰਪਨੀ ਦਾ ਕ੍ਰੈਡਿਟ ਚੈੱਕ ਨਹੀਂ ਕਰਦੇ, ਬ੍ਰੋਕਰ ਦਾ ਕ੍ਰੈਡਿਟ ਚੈੱਕ ਨਹੀਂ ਕਰਦੇ। ਕੰਪਨੀ ਤੁਸੀਂ ਅੱਜ ਦੀ ਤਰੀਕ ਦੇ ਵਿੱਚ, ਮੈਂ ਹਰ ਇੱਕ ਬੰਦੇ ਨੂੰ ਇਹ ਕਹੂੰਗਾ ਕਿ ਕੋਈ ਵੀ ਕੰਪਨੀ ਹੈਗੀ ਆ, ਜੇ ਤੁਸੀਂ ਉਹਦਾ ਲੋਡ ਚੱਕ ਰਹੇ ਹੈਗੇ ਆ, ਜੇ ਉਹ ਟਰੱਕਿੰਗ ਕੰਪਨੀ ਤੋਂ ਲੋਡ ਚੱਕ ਰਹੇ ਆ, ਤੇ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਉੱਪਰ ਜਾ ਕੇ ਚੈੱਕ ਕਰੋ, ਉਹਦੇ ਸੇਫਰ ਦੇ ਉੱਤੇ ਜਾ ਕੇ। ਅੱਜ ਕੱਲ੍ਹ ਜਿਹੜਾ ਨਾ ਬਹੁਤ ਵੱਡਾ ਕੰਮ ਹੁਣ ਚੱਲ ਰਿਹਾ ਹੈਗਾ ਇੱਕ, ਜਿਹਦੇ ਵਿੱਚ ਬ੍ਰੋਕਰ ਵੀ ਕਾਫੀ, ਜਿਹੜੇ ਵਧੀਆ ਬ੍ਰੋਕਰ ਹੈਗੇ ਆ ਉਹ ਕਾਫੀ ਸਰਗਰਮ ਹੋਏ ਆ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਉਹਨਾਂ ਤੋਂ ਲੋਡ ਲੈ ਕੇ ਤੇ ਅੱਗੇ ਲੋਡ ਵੇਚਦੀਆਂ ਆ, ਅੱਗੇ ਲੋਡ ਬ੍ਰੋਕਰ ਕਰਦੀਆਂ ਜੀ, ਡਬਲ ਬ੍ਰੋਕਰਿੰਗ ਕਰ ਰਹੀਆਂ। ਜੇ ਉਹ ਉਹਨਾਂ ਨੂੰ ਅੱਜ ਕੱਲ੍ਹ ਉਹਨਾਂ ਦੀ MC ਤੇ ਜਾ ਕੇ ਦੇਖਦੇ ਆ ਵੀ ਉਹਦੇ ਕੋਲ ਟਰੱਕ ਦੋ ਆ ਪਰ ਉਹ ਲੋਡ ਦਾ 4-5 ਕੋਰਸ ਕਰੀ ਫਿਰਦਾ ਆ, ਤੇ ਉਹ ਫਿਰ ਉਹਨਾਂ ਨੂੰ ਅੱਜ ਕੱਲ੍ਹ ਰਿਪੋਰਟ ਕਰ ਦਿੰਦੀਆਂ ਆ। ਸੋ ਬ੍ਰੋਕਰ ਇਸ ਉੱਤੇ ਕਾਫੀ ਲੱਗੇ ਆ ਜ਼ੋਰ ਸ਼ੋਰ ਨਾਲ, ਪਰ ਡੈਫੀਨੇਟਲੀ ਜਿਹਨੇ ਲੋਡ ਲੈਣੇ ਹੈਗੇ ਉਹਨਾਂ ਦੇ ਲਈ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਪੈਣੀਆਂ, ਕਿਉਂਕਿ ਸਾਰਿਆਂ ਨਾਲੋਂ ਵੱਡਾ ਜਿਹੜਾ ਹੁੰਦਾ ਕਿ ਤੁਹਾਨੂੰ ਐਕਸੈਸਿਵ ਅਮਾਊਂਟ ਆਫ ਫਰੇਟ ਜਿਹੜਾ ਰੇਟ ਆ ਉਹ ਮਿਲ ਰਿਹਾ ਹੈਗਾ। ਬਈ ਜਿਹੜਾ ਰੇਟ ਮਾਰਕੀਟ 'ਚ ਹੈ ਨਹੀਂ ਗਾ, ਤੁਹਾਨੂੰ 2000, 1500, 3000 ਮਾਰਕੀਟ ਰੇਟ ਤੋਂ ਉੱਤੇ ਮਿਲ ਰਿਹਾ, ਉਹ ਡੈਫੀਨੇਟਲੀ ਰੈੱਡ ਟੈਗ ਹੈਗਾ। ਦੂਸਰੀ ਗੱਲ ਇਹ ਆ ਕਿ ਕੋਈ ਵੀ ਕੰਪਨੀ ਦਾ ਜਿਹੜਾ ਤੁਸੀਂ ਲੋਡ ਚੱਕਦੇ ਆ, ਉਹਦੀ ਸੇਫਰ ਦੇ ਉੱਤੇ ਜਾ ਕੇ ਜਿਹੜਾ ਨੰਬਰ ਉੱਤੇ ਦਿੱਤਾ ਹੈਗਾ ਉੱਥੇ ਕਾਲ ਕਰੋ, ਉੱਥੇ ਕਾਲ ਕਰਕੇ ਪੁੱਛੋ ਕਿ ਇਹ ਲੋਡ ਜਿਹੜਾ ਲੋਡ ਨੰਬਰ ਹੈਗਾ ਇਹ ਉਹਨਾਂ ਦਾ ਹੈਗਾ ਕਿ ਨਹੀਂ ਹੈਗਾ। ਸੋ ਇਨੀਸ਼ੀਅਲ ਸਟੈਪਸ ਜੇ ਤੁਸੀਂ ਨਹੀਂ ਕਰਨੇ ਹੈਗੇ ਤਾਂ ਤੁਸੀਂ ਇੱਦਾਂ ਹੀ ਲੋਡ ਚੱਕਣੇ ਆ, ਤਾਂ ਇਹ ਫਰਾਡ ਤੁਹਾਡੇ ਨਾਲ ਐਵਰੀਡੇ ਹੋਣੇ ਹੀ ਹੋਣੇ ਆ। ਦੇਰ ਇਜ਼ ਨੋ ਟੈਕਨੋਲੋਜੀ ਆਊਟ ਦੇਅਰ ਕਿ ਜਿਹੜੀ ਇਹ ਪ੍ਰੀਵੈਂਟ ਕਰ ਸਕਦੀ ਹੈ। ਸੋ ਜੇ ਤੁਸੀਂ ਆਪ ਦਾ ਸਮਾਨ ਖਰੀਦਣ ਲੱਗੇ, ਆਪ ਦਾ ਕੰਮ ਕਰਨ ਲੱਗੇ, ਆਪ ਦੀ ਚੀਜ਼ ਕਰਨ ਲੱਗੇ, ਜੇ ਤੁਸੀਂ ਢੰਗ ਤਰੀਕੇ ਦੇ ਨਾਲ ਇਨਵੈਸਟੀਗੇਟ ਨਹੀਂ ਕਰਦੇ, ਠੀਕ ਹੈ ਨਾ, ਤੇ ਫਿਰ ਡੈਫੀਨਿਟਲੀ ਤੁਹਾਡਾ ਫਰਾਡ ਹੋਣਾ ਹੀ ਹੋਣਾ ਹੈ। देयर इज नो पॉइंट अबाउट इट। ਜੀ ਬਿਲਕੁਲ। ਸਰੋਤੋ ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਅਪਡੇਟ ਟਰੱਕਿੰਗ ਦਾ। 408272 5200 4082725200। ਸਾਡੇ ਕੋਲ 30 ਮਿੰਟ ਹੈਗੇ ਆ, ਜੇ ਕਿਸੇ ਦਾ ਕੁਐਸਚਨ ਹੋਇਆ ਕਾਲ ਜ਼ਰੂਰ ਕਰ ਲਿਓ। अगली रमन जी आप गल करते जाइए FMCSA दे कहंदे आवर ऑफ सर्विस एग्जामिशन दे करके